ਕੋਣ ਮੈਂ ਅੰਦਰ ਵੱੜ ਲਗਾ ਮੇਰੀ ਤੁਕਮੀ ਚ ਪਾੜਤੀ ਮੈਨੂੰ ਆ ਗਿਆ ਗੁੱਸਾ ਤੇ ਮੈਂ ਚਪੇੜ ਮਾਰ ਦਿੱਤੇ ਤੇ ਥੱਪੜ ਮਾਰਤਾ ਤੇ ਇਥੋਂ ਕਹਿੰਦਾ ਵੀ ਬੇਨਾ ਲੜਲਾ ਮੈਂ ਕਹਾਂ ਚੱਲ ਫਤੂਹ ਲੜਲਾ ਪਹਿਲਾਂ ਇੱਕ ਇੱਕ ਕੱਲੇ ਕੱਲੇ ਬੰਦੇ ਦੇ ਨਾਮ ਤੇ ਮੈਂ 1 ਘੰਟੇ 300 ਗਾਣਾ ਬਣਾ ਦਊਗਾ ਕੋਣ ਚੀਮੇ ਦੀ ਮੁੱਛਾਂ ਦੇ ਗਾਣਾ ਬਣਾਣਗਾ ਚੀਮੇ ਤੇਰੀ ਇਹ ਮੁੱਛਾ ਵਾਲ ਦੇਖ ਕੇ ਮੈਨੂੰ ਰੋਣਾ ਆ ਗਿਆ ਮੈਂ 10 10 ਰੁਪਏ ਇਕੱਠੇ ਕਰਕੇ ਡੋਨੇਸ਼ਨ ਕਰਕੇ ਤੇਰੇ ਖਾਤੇ ਵਿੱਚ ਪਾ ਗਿਆ ਸੈਟ ਕਰਾ ਲਈ ਯਾਰਾ ਆਪਣੀਆਂ ਮੁੱਛਾਂ ਦੇ ਵਾਲ ਤੂ ਯਾਰ ਥੀਮ ਮੈਂ ਨੀਡੂ ਛਟੜਾਂ ਵਾਲੀ ਯਾਦ ਰੱਖੀ ਤੂੰ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਤਾਜ ਮਹਿਲ ਸੀ ਜਦੋਂ ਬਣਾਇਆ ਸੀ ਹਾਂਜੀ ਤਾਜ ਮਹਿਲ ਬਣਾਉਣ ਤੋਂ ਬਾਅਦ ਜਿਹੜੇ ਉਹਨਾਂ ਦੇ ਹੱਥ ਵੜਦੇ ਤੇ ਸੀ ਉਹ ਜਿਹੜੇ ਮਿਸਤਰੀਆਂ ਦੇ ਜੀ ਕਦੀ ਕੋਸ਼ਿਸ਼ ਹੋਈ ਕਿ ਤੁਹਾਡੀ ਕਲਮ ਜੇ ਤੁਹਾਡੀ ਕਾਪੀ ਪਾੜ ਦਿੱਤੀ ਜਾਵੇ ਜਾਂ ਤਾਂ ਤੁਹਾਡਾ ਪੈਨ ਤੋੜ ਦਿੱਤਾ ਜਾਵੇ ਕਿੰਨੇ ਇਹ ਨੀਡੂ ਛਟੜਾਂ ਵਾਲਾ ਦੁਆਰੇ ਮੁੜ ਕੇ ਗਾਣਾ ਨਹੀਂ ਲਿਖੀ ਸ਼ਕਤੀਮਾਨੀਆਂ ਸਾਰੀਆਂ ਸ਼ਕਤੀਆਂ ਨੀਡੂ ਛਟੜਾਂ ਵਾਲੇ ਕੋਲ ਆ ਗਈਆਂ ਕੀ ਕਰੂਗਾ ਦੇਖੋ ਸਭ ਤੋਂ ਪਹਿਲਾਂ ਮੈਂ ਫਿਲਮ ਬਣਾਉਂਗਾ ਇੱਕ ਵੱਡੀ ਸਾਰੀ। ਕੀ ਬਾਤ ਹੈ। ਜਿਹੜੀ ਥੀਏਟਰਾਂ 'ਚ ਲੱਗੇ, ਮੂਵੀਆਂ 'ਚ ਲੱਗੇ ਤੇ ਉਹਦੀ ਹੀਰੋ ਨੂੰ ਲੂੰਗਾ ਕੰਗਨਾ ਰਣੌਤ। ਕੰਗਨਾ ਰਣੌਤ। ਉਹ ਕਿਉਂ? ਕਿ ਉਹਨੇ ਦੇਖੋ ਕਿਸਾਨਾਂ ਨੂੰ ਕਿੱਦਾਂ ਮਾਰਾ ਗਿਆ ਵਾ। ਹਾਂ। ਉਹਨੂੰ ਪਹਿਲੇ ਮੈਂ ਆਪਣੇ ਬੈਗ ਵਿਆਹ ਕਰੂਗਾ ਫਿਰ ਮੈਂ ਤਲਾਕ ਦਊਂਗਾ। ਉਹਦਾ ਮੈਂ ਦਿਲ ਦੁਖੀ ਕਰੂੰਗਾ। ਫਿਰ ਉਹਨੂੰ ਪੁੱਛੂੰਗਾ ਵੀ ਦੱਸ ਉਹਨ ਤਨ ਕਿੱਦਾਂ ਲੱਗਦਾ। ਔਰ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਜੋਬ ਗਰੰਟੀ ਹੈ ਹਰ ਇੱਕ ਘਰ ਨੂੰ ਇੱਕ ਇੱਕ ਨੌਕਰੀ ਸਰਕਾਰੀ ਨਾ ਦੇਵਾ ਤੇ ਮੈਨੂੰ ਚੁੱਤੀਆਂ ਮਾਰਿਓ ਥੱਲੇ ਲਾ ਗਏ ਟੋਕਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਜਾਣ ਕੇ ਹਰਜੀਤ ਵੱਲੋਂ ਨਿੱਘਾ ਸਵਾਗਤ ਹੈ ਅੱਜ ਉਸ ਸ਼ਖਸੀਅਤ ਨੂੰ ਰੂਬਰੂ ਕਰਾ ਰਹੇ ਹਾਂ ਇੱਕ ਲਫ਼ਜ਼ ਦੇ ਨਾਲ ਪੰਜ ਤੋਂ 10 ਮਿੰਟ ਦਾ ਗਾਣਾ ਤਿਆਰ ਕਰ ਲੈਂਦੇ ਨੇ ਹਰਾਨੋ ਗੀਤਾ ਦੀ ਮਸ਼ੀਨ ਮੇਰੀ ਮੁਰਾਦ ਨੀਟੂ ਛਟਰਾ ਵਾਲਾ ਪਾਜੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਮੈਂ ਨੀਡ ਟੂ ਸ਼ਟਰਾਂ ਵਾਲਾ ਤੁਹਾਡਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪਰ ਜੈ ਪੀਮ ਜੈ ਗੁਰ ਵਾਲਮੀਕ ਜੈ ਗੁਰ ਰਵਿਦਾਸ ਮਹਾਰਾਜ ਹੱਲੈਲੂਇਆ ਅੱਲਾਹ ਤਾਲਾ ਸਾਰਿਆਂ ਨੂੰ ਖੁਸ਼ੀਆਂ ਦੇ ਵਿੱਚ ਜੈ ਮਾ ਚਿਤਪੁਰਨੀ ਸੋ ਆਪਣਾ ਇੰਡੀਆ ਸਾਰਾ ਤਰੱਕੀ ਕਰੇ ਮੈਨੂੰ ਬੜੀ ਖੁਸ਼ੀ ਹੋ ਗਈ ਕਿ ਆਪਾਂ ਅੱਜ ਤੁਹਾਡੇ ਸਾਹਮਣੇ ਰੂਬਰੂ ਟੋਕਰਾਂ ਟੀਵੀ ਸਾਹਮਣੇ ਹਾਜ਼ਰ ਹੋਏ ਭਾਜੀ ਦੇ ਸਾਹਮਣੇ ਤੇ ਬਹੁਤ ਵਧੀਆ ਲੱਗ ਰਿਹਾ ਸੋ ਖੁਸ਼ੀ ਹੋ ਰਹੀ ਇਸ ਦਿਲ ਦੇ ਵਿੱਚ ਕਿ ਇੱਕ ਇੰਟਰਵਿਊ ਹੋ ਰਹੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰ ਰਹੇ ਹਾਂ ਗੱਲਬਾਤ ਤੇ ਬਹੁਤ ਮਜ਼ ਅਗੇ ਇੰਟਰਵਿਊ ਕੀਤਾ ਸਵਾਲ ਕਰੀਏ ਆਪਾਂ ਜੀ ਹਾਂਜੀ ਹਾਂਜੀ ਗੀਤਾਂ ਦੀ ਮਸ਼ੀਨ ਮੈਂ ਤੁਹਾਨੂੰ ਕਹਿਤਾ ਜੀ ਕਿਦਾਂ ਆ ਕਿਦਾਂ ਜਾਂਦੇ ਨੇ ਓੜਦੇ ਨੇ ਕਿਦਾਂ ਸੌਂ ਕਿਦਾਂ ਗਾਣੇ ਕਿਤਾਂ ਓੜਦੇ ਨੇ ਅੰਦਰ ਤੁਹਾਡੇ ਦੇਖੋ ਜੀ ਅਚਾਨਕ ਜਿਦਾ ਕੋਈ ਕਿਸੇ ਚੀਜ਼ ਦਾ ਵੀ ਨਾਮ ਲੈ ਲਓ ਮੇਰੇ ਸਾਹਮਣੇ ਕਿਸੇ ਵੀ ਚੀਜ਼ ਦਾ ਨਾਮ ਲੈ ਲਓ ਤੇ ਮੈਂ ਤੁਹਾਨੂੰ ਉਹਦੇ ਉੱਤੇ ਗਾਣਾ ਬਣਾ ਕੇ ਦੱਸ ਦਾਂਗਾ ਕਿਸੇ ਵੀ ਯਾਨੀ ਕਿ ਦਿਲੋਂ ਅੰਦਰੋਂ ਹੀ ਕੁਝ ਅੰਦਰੋਂ ਆਂਦਾ ਸਮਾਂ ਇਹਨਾਂ ਦੀ ਕਿਧਰੋਂ ਕੀ ਬਣ ਜਾਂਦਾ ਮੈਨੂੰ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਕਿਤੋਂ ਆ ਰਿਹਾ ਅੱਛਾ ਪਰਮਾਤਮਾ ਵੱਲੋਂ ਹੀ ਆ ਰੱਬ ਵੱਲੋਂ ਜੀ ਦਰਸ਼ਕ ਜਾਣਨਾ ਚਾਹਣਗੇ ਜੀ ਇੱਕ ਛੋਟੇ ਜਿਹੇ ਘਰ ਤੋਂ ਨੀਟੂ ਸ਼ਟਰਾਂ ਵਾਲਾ ਰਾਜਨੀਤੀ ਚ ਆਉਂਦਾ ਜੀ ਜਦੋਂ ਰਾਜਨੀਤੀ ਚ ਆਉਂਦਾ ਉਸ ਤੋਂ ਬਾਅਦ ਉਹਨੂੰ ਕਿੱਦਾਂ ਠੱਬੀਆਂ ਲੱਗਦੀਆਂ ਨੇ ਫਿਰ ਜਾ ਕੇ ਉਹ ਖੜਾ ਹੁੰਦਾ ਫਿਰ ਉਹ ਸੰਗੀਤ ਦੇ ਜਗਤ ਚ ਆਉਂਦਾ ਕਿ ਅੱਜ ਪੰਜਾਬ ਚੋਂ ਦਾ ਨਾਮ ਕੋਈ ਸਟਰਗਲ ਕਿਵੇਂ ਉਹ ਸਾਰਾ ਦਰਸ਼ਕਾਂ ਨੂੰ ਜਰੂਰ ਦੱਸ ਸਰ ਸਭ ਤੋਂ ਪਹਿਲਾਂ ਤੇ ਮੇਰੀ ਜ਼ਿੰਦਗੀ ਦੀ ਲਾਈਫ ਹੈ ਪਹਿਲੀ ਮੈਂ ਤੁਹਾਨੂੰ ਬਾਅਦ ਦੱਸਾਂਗਾ ਪਹਿਲਾਂ ਮੇਰੀ ਥੋੜੀ ਸ਼ੁਰੂ ਹੋ ਰਹੀ ਹੈ ਮੈਂ ਜੱਜ ਨੂੰ ਤੇ ਵਕੀਲਾਂ ਨੂੰ ਆਪਣਾ ਰੱਬ ਮੰਨਦਾ ਜੀ ਕੀ ਬਾਤ ਹੈ ਜੱਜ ਤੇ ਰੱਬ ਮੇਰੀ ਕਿਸਮਤ ਦੇ ਫੈਸਲਾ ਕਰਨ ਵਾਲੇ ਆ ਔਰ ਪੰਜਾਬ ਪੁਲਿਸ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਜੀ ਤੇ ਮੈਂ ਇਹਨਾਂ ਕਦੇ ਟੀਮਾਂ ਨੂੰ ਪੁਲਿਸ ਦਾ ਤੇ ਮੈਂ ਜਿੰਨੀਆਂ ਵੀ ਮੇਰੀਆਂ ਵੀਡੀਓ ਆਈਆਂ ਸਾਰੇ ਵਿੱਚ ਮੈਂ ਕਹਾ ਜੈ ਜਵਾਨ ਜੈ ਕਿਸਾਨ ਕੀ ਬਾਤ ਕਿਉਂਕਿ ਜਿਹੜੇ ਸਾਡੇ ਫੌਜੀ ਭਾਜੀ ਹੈਗੇ ਆ ਜੁਝਾਰ ਸਿੰਘ ਫੌਜੀ ਉਹਨਾਂ ਨੇ ਸਾਡੀ ਫਿਲਮਾਂ ਬਣਾਈਆਂ ਅਰ ਗੋ ਸ਼ਕਤੀਮਾਨ ਫਿਲਮ ਨੀਡੂ ਬਣ ਕੇ ਸ਼ਕਤੀਮਾਨ ਇੱਕ ਫਿਲਮ ਯਮਰਾਜ ਤੇ ਯਾਰੀਆਂ ਮਲਾਈਆਂ ਯਾਰੀਆਂ ਗੁਰਦਾਸਪੁਰ ਯਾਰੀਆਂ ਬਹੁਤ ਮੇਰੇ ਗਾਣੇ ਆ ਸੋ ਮੈਂ ਜੱਜ ਤੇ ਰੱਬ ਨੂੰ ਜੱਜ ਤੇ ਵਕੀਲਾਂ ਨੂੰ ਮੈਂ ਪਹਿਲ ਦਿੰਨਾ ਤੇ ਕਿਉਂਕਿ ਇਹੀ ਸਾਡੇ ਦੇਸ਼ ਦੇ ਮੇਨ ਮੁੱਦੇ ਆ ਇਹੀ ਸਾਡੇ ਸਹੀ ਕਰ ਸਕਦੇ ਆ ਔਰ ਕਿਸਾਨਾਂ ਦੀ ਮਦਦ ਵੀ ਕਰਨਗੇ ਪੰਜਾਬ ਪੁਲਿਸ ਵਾਲੇ ਬਹੁਤ ਜ਼ਿਆਦਾ ਮੇਰੀ ਮਦਦ ਕਰਦੇ ਆ ਤੇ ਮੈਂ ਉਹਨਾਂ ਨੂੰ ਕਦੀ ਭੁੱਲ ਨਹੀਂ ਸਕਦਾ ਉਹਨਾਂ ਤੋਂ ਕਦੀ ਬਾਹਰ ਜਾਸਾ ਔਰ ਕਦੀ ਵੀ ਮੈਂ ਮੰਤਰੀ ਬਣ ਗਿਆ ਮੈਂ ਉਹਨਾਂ ਦਾ ਸਾਥ ਪੂਰਾ ਦਊਗਾ ਆਪਣੇ ਇੰਡੀਆ ਸਾਥ ਦਊਗਾ ਫਿਰ ਸਵਾਲ ਮੇਰਾ ਉੱਥੇ ਹੀ ਆ ਨੀਟੂ ਦਾ ਸਟਰਗਲ ਕਿਵੇਂ ਸੀ ਕਿਵੇਂ ਇੱਥੇ ਤੱਕ ਆਇਆ ਦੇਖੋ ਜੀ ਮੈਂ ਐਕਚੁਅਲੀ ਇੱਦਾਂ ਸੀਗਾ ਫੋਟੋ ਕਰਾਣ ਗਿਆ ਸੀਗਾ ਸੰਤੋਖ ਸਿੰਘ ਚੌਧਰੀ ਜੀ ਨਾਲ ਜੀ ਉਹ ਵੀ ਬੰਦੇ ਬਹੁਤ ਦਿਹਾ ਮੈਂ ਲੱਗਦੇ ਬਹੁਤ ਚਿਰਾਂ ਨਾਲਸ ਮੁਕਾ ਮੈਂ ਕਿ ਮੈਂ ਫੋਟੋ ਕਰਾਣੀ ਫੋਟੋ ਕਰਾਣ ਦੇ ਕਹਿੰਦੇ ਧੱਕੇ ਵਿੱਚੋਂ ਮੇਰਾ ਮੋਬਾਈਲ ਡਿੱਗਿਆ ਹਾਂ ਤੇ ਉਹ ਮੋਬਾਈਲ ਦਾ ਸੀਸ਼ਾ ਟੁੱਟ ਗਿਆ ਜਦੋਂ ਸੀਸ਼ਾ ਟੁੱਟ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਮੇਰੇ ਮੇਰਾ ਮੋਬਾਈਲ ਠੀਕਰਾ ਕੇ ਦੋ ਜੀ ਤੇ ਉਹ ਕਹਿੰਦੇ ਜਲ ਚੱਲੇ ਜੇ ਫਿਰ ਮੈਨੂੰ ਮਨ ਚ ਆਇਆ ਕਿ ਮੈਂ ਵੀ ਅੱਜ ਐਮਪੀ ਦੇ ਇਲੈਕਸ਼ਨ ਲੜਨੇ ਆ ਵਾਹ ਮੈਂ ਉੱਥੋਂ ਮੈਨੂੰ ਇਹ ਨਹੀਂ ਪਤਾ ਸੀ ਐਮਪੀ ਦਾ ਮਤਲਬ ਕੀ ਹੁੰਦਾ ਮੈਂ ਮਤਲਬ ਤੀਸਰੀ ਪੜਿਆ ਬੰਦਾ ਉਹਨੂੰ ਕੀ ਪਤਾ ਮੈਂ ਜਾ ਕੇ ਐਮਪੀ ਦੇ ਫਾਰਮ ਭਰੇ ਤੇ ਉੱਥੇ ਦੇ ਡੀਸੀ ਸਾਹਿਬ ਬਹੁਤ ਚ ਤੇ ਉਹਨਾਂ ਨੇ ਬਹੁਤ ਉਹਨਾਂ ਨੇ ਫਾਇਰਫੁੱਲ ਭਾਰਤੀ ਮਾੜੀ ਗਲਤੀ ਸੀ ਕਹਿੰਦਾ ਗਲਤੀ ਸੀ ਕਰਕੇ ਲਿਆ ਜੀ ਦੱਸਿਆ ਮੈਨੂੰ ਮਾਣਾ ਟਾਈਮ ਪੂਰਾ ਦਿੱਤਾ ਮੈਂ ਫਾਇਲ ਭਰੀ ਆਪਣਾ ਕੀਤਾ ਔਰ ਮੈਂ ਇਲੈਕਸ਼ਨ 'ਚ ਖੜਾ ਹੋ ਗਿਆ ਜਦੋਂ ਮੈਂ ਇਲੈਕਸ਼ਨ 'ਚ ਲੋਕਾਂ ਕੋਲ ਬੋਡ ਮੰਗ ਜਾਂਦਾ ਸੀਗਾ ਤੇ ਲੋਕੀ ਹੱਸਦੇ ਸੀ ਮੇਰੇ ਤੇ ਫੋਨ ਮਾ ਕਰਾਉਂਦੇ ਸੀਗੇ ਤੇ ਮੈਂ ਸਮਝਦਾ ਸੀ ਕਿ ਵੋਟਾਂ ਮੇਰੀਆਂ ਪੱਕੀਆਂ ਨੇ ਕੀ ਬਾਤ ਹੈ ਕੋਈ ਕਹਿੰਦਾ ਇਹ ਕੋਈ ਕਹਿੰਦਾ ਇੱਕ ਕੰਨ ਦੀਵਾਰ 'ਤੇ ਆਪਾਂ ਪੋਸਟਰ ਲਗਾਉਂਦੇ ਹਾਂ ਉੱਤੇ ਇੱਕ ਬੰਦਾ ਰੋਜ਼ ਰਾਤ ਨੂੰ ਸਾਡੇ ਪੋਸਟਰ ਪਾੜ ਜਾਂਦਾ ਸੀਗਾ ਜੀ ਅਸੀਂ ਉਹਨੂੰ ਕਿਹਾ ਵੀ ਇਹ ਪੋਸਟਰ ਮੈਂ ਰੋਜ਼ ਲਗਾਉਣਾ ਤੂੰ ਪਾੜ ਦੇਣਾ ਤੇ ਤੇਰਾ ਜਿੰਨਾ ਖਰਚਾ ਸਾਰਾ ਮੈਂ ਦਊਂਗਾ ਹਾਂ ਤੇ ਮੈਂ ਕਿਹਾ ਠੀਕ ਹੈ ਜੀ ਮੈਂ ਆਪਣੇ ਘਰਦਿਆਂ ਨੂੰ ਕਿਹਾ ਵੀ ਕਸਮ ਖਾਓ ਮੈਨੂੰ ਵੋਟਾਂ ਪਾਉਂਗੇ ਉਹ ਕਹਿੰਦੇ ਵੀ ਆਪਾਂ ਵੋਟਾਂ ਪਾ ਦਾਂਗੇ ਮੇਰੀ ਜਿੰਨੀਆਂ ਵੋਟਾਂ ਹੀ ਨੋ ਮੈਂ ਉਹਨਾਂ ਨੂੰ ਕਸਮ ਖਵਾਈ ਕਿ ਵੋਟਾਂ ਨੋ ਮੇਰੇ ਘਰ ਦੇ ਫੈਮਲੀ ਹੈਗੇ ਆ ਤੇ ਨੋ ਦੇ ਨੋ ਵੋਟਾਂ ਮੈਨੂੰ ਪਾਉਂਗੀਆਂ ਤੇ ਜਦੋਂ ਵੋਟਾਂ ਪਾਉਣ ਗਿਆ ਮੈਂ ਵੋਟਾਂ ਪਾ ਕੇ ਉਸੇ ਦਿਨ ਮੈਂ ਦੂਜੇ ਦਿਨ ਗਿਆ ਉਦੋਂ ਨਾਲ ਹੀ ਗਿਆ ਉਸ ਕਿ ਮੈਂ ਵੋਟਾਂ ਪਾਉਂਦੇ ਕਹਿੰਦਾ ਲਿਸਟ ਲਿਆਓ ਤੇ ਆਪਣੇ ਜੋ ਖਰਚਾ ਬਣਾ ਤੂੰ ਲੈ ਜੀ ਜਦੋਂ ਲਿਸਟ ਲੈਣੀ ਨਾਰਥ ਏਰੀਆ ਮੈਂ ਗਿਆ ਮੈਂ ਕਿਹਾ ਪਹਿਲਾਂ ਤਾਂ ਮੈਨੂੰ ਅੰਦਰ ਨਾ ਜਾਣ ਦੇਣ ਜੀ ਮੈਂ ਅੰਦਰ ਜਾਵਾਂ ਕਦੀ ਘੁੰਮ ਕੇ ਅੰਦਰ ਕਦੀ ਫਿਰ ਮੈਂ ਡੀਸੀ ਸਾਹਿਬ ਨੂੰ ਕਿਹਾ ਮੈਂ ਕਿਹਾ ਸਾਹਿਬ ਮੈਂ ਕੌਣ ਆ ਕਹਿੰਦੇ ਤੁਸੀਂ ਕੈਂਡੀਡੇਟ ਮੈਂ ਕਿਹਾ ਤੁਹਾਡੇ ਪੁਲਿਸ ਮੁਲਾਜ਼ਮ ਕਿਉਂ ਨਹੀਂ ਮੈਨੂੰ ਦੱਜਾਂਦੇ ਹਾਂ ਫਿਰ ਉਹਨੇ ਕਿਹਾ ਵੀ ਇਹ ਮੁਲਾ ਇਹ ਮੁਲਾਜ਼ਮ ਨੂੰ ਕਿਹਾ ਵੀ ਇਹ ਕੈਂਡੀਡੇਟ ਹੈ ਤੁਸੀਂ ਇਹਨੂੰ ਕੀ ਸਮਝਦੇ ਹੋ ਹਾਂ ਇਹੇ ਕੱਲ ਨੂੰ ਤੁਹਾਨੂੰ ਦੱਸੂਗਾ ਜੇ ਕੱਲ ਨੂੰ ਤੁਸੀਂ ਬੰਦਾ ਬਣ ਗਿਆ ਇਹ ਤਾਂ ਨੇੜੇ ਲੱਗ ਦੇਣਾ ਬਾਅਦ ਚ ਫਿਰ ਉਹ ਕਹਿੰਦੇ ਚਲੋ ਚਲ ਜੋ ਮੈਂ ਅੰਦਰ ਗਿਆ ਤੇ ਮੈਂ ਕਿਹਾ ਜੀ ਮੈਨੂੰ ਹੋਰ ਕੋਈ ਲਿਸਟ ਨਹੀਂ ਜਦੀ ਸਿਰ ਮੇਰੇ ਘਰ ਦੇ ਨੌ ਬੋਟਾ ਮੈਨੂੰ ਲਿਸਟ ਦਿੱਤੀ ਹੈ ਉਹਨੇ ਜਦੋਂ ਮਾਰੀਆਂ ਤੇ ਨਿਕਲੀਆਂ 5 ਤੇ ਮੈਂ ਬੜਾ ਭਾਵੁਕ ਹੋ ਗਿਆ ਮੈਂ ਉਸ ਟਾਈਮ ਸਾਰਾ ਕੁਝ ਆਪਣਾ ਬੇਚ ਕੇ ਹਮ ਇਲੈਕਸ਼ਨ ਤੇ ਖਰਚ ਕਰ ਬੈਠਾ ਸੀਗਾ ਕਿ ਜਮੀਨ ਵੀ ਵੇਚਤੀ ਆਪਣੀ ਘਰ-ਬਾਰ ਸਾਰਾ ਗਿਰਵੀ ਤੇ ਮੈਂ ਜਾ ਕੇ ਜੀ ਇਲੈਕਸ਼ਨ ਲੜਨਾ ਸ਼ੁਰੂ ਕਰਤੇ ਮੈਂ ਆਪਣੇ ਦੇਸ਼ ਸਭ ਇੱਕੋ ਜੰਦਾ ਸੀ ਕਿ ਜੇ ਮੈਂ ਮੈਂ ਮਨ এমপি ਬਣ ਗਿਆ ਤੇ ਮੈਂ ਹਰ ਘਰ ਦੇ ਇੱਕ ਨੌਕਰੀ ਦਵਾ ਦੂੰਗਾ ਮੈਂ ਸਾਰਿਆਂ ਨੂੰ ਵਾਦੇ ਦਿੰਨੇ ਕਰ ਲਏ ਤੇ ਲੋਕ ਲੋਕੀਂ ਮੇਰੇ ਸਸਦੇ ਸੀਗੇ ਪਰ ਮੈਂ ਅੱਜ ਵੀ ਕਹਿੰਦਾ ਜੇ ਮੈਂ এমপি ਬਣ ਗਿਆ ਨਾ ਜਿਆਦਾ ਨਹੀਂ ਮੈਂ ਕਹਿੰਦਾ ਪੰਜਾਬ ਨੂੰ ਮੈਂ ਸੋਨੇ ਚਿੜੀ ਬਣਾ ਦੂੰਗਾ ਕੀ ਬਾਤ ਹੈ ਕੀ ਮੈਂ ਇੰਨੀ ਕੀਮਤ ਰੱਖਦਾ ਤੋ ਕਿਹੜੀ ਕੁਆਲਿਟੀ ਹੈ ਕਰੋਗੇ ਵੀ ਕੀ ਲੀਡਰਾਂ ਵਾਂਗ ਤੁਸੀਂ ਵੀ ਜਿਹੜੇ ਵਾਦੇ ਕਰੋਗੇ ਮੈਂ ਕਹਾਂ ਜੀ ਲੋਕੀ ਦੁਆਰਾ ਐਮਪੀ ਬਣੰਦਾ ਇਰਾਦਾ ਨਹੀਂ ਕਿ ਉਹ ਦੇਣਗੇ ਉਹ ਕਹਿੰਦੇ ਸਾਡਾ ਐਮਪੀ ਇੱਕੋ ਹੀ ਹੋਗਾ ਉਹਗਾ ਨੀਟੂ ਸ਼ਟਰਾ ਵਾਲਾ ਜੀ ਤੇ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਫਿਰ ਤੇ ਸਾਰੇ ਸੁਪਨੇ ਲੋਕਾਂ ਦੇ ਸੱਚ ਹੋਈ ਨੇ ਤੁਸੀਂ ਪ੍ਰਧਾਨ ਮੰਤਰੀ ਕਿੱਦਾਂ ਬਣ ਸਕਦੇ ਹੋ ਤੁਹਾਨੂੰ ਪਤਾ ਹੈ ਤੁਹਾਨੂੰ ਆਪ ਤਾਂ ਵੋਟਾਂ ਜਿਹੜੀਆਂ 9 ਦੇ ਵਿੱਚੋਂ 5 ਪਈਆਂ ਸੀ ਠੀਕ ਹੈ ਜੀ 5 ਪਈਆਂ ਗੱਲ ਤਾਂ ਸੁਣੋ ਜੀ ਮਸ਼ੀਨਾਂ ਅੱਜ ਕੱਲ ਜਿਹੜੀਆਂ ਏਵੀਆ ਮਸ਼ੀਨਾਂ ਨੇ ਉਹ ਸਰਕਾਰਾਂ ਦੇ ਹੱਥ 'ਚ ਨੇ ਉਹ ਮੈਂ ਤਾਂ ਅੱਗੇ ਕਹਤਾ ਸੀ ਜਦੋਂ ਬਾਹਰ ਨਿਕਲੇ ਮੈਂ ਕਿਹਾ ਈਵਨ ਮਸ਼ੀਨਾ ਕਬਲਾ ਅ ਨੀਡੂ ਭਾਜੀ ਨੇ ਕਿਹਾ ਕਿ ਜੇ ਮੈਂ ਕਾਫੀ ਫਿਲਮਾਂ ਚ ਆ ਗਈ ਸ਼ਕਤੀਮਾਨ ਫਿਲਮੀ ਤੁਹਾਡੀ ਆ ਰਹੀ ਹੈ ਹਾਂਜੀ ਮੈਂ ਤੁਸੀਂ ਸੋਚੋ ਹਾਂਜੀ ਸ਼ਕਤੀਮਾਨ ਦੀਆਂ ਸਾਰੀਆਂ ਸ਼ਕਤੀਆਂ ਨੀਡੂ ਛਟਰਾ ਵਾਲੇ ਕੋਲ ਆ ਗਈਆਂ ਕੀ ਕਰੂਗਾ ਉਹ ਦੇਖੋ ਸਭ ਤੋਂ ਪਹਿਲਾਂ ਮੈਂ ਫਿਲਮ ਬਣਾਉਂਗਾ ਇੱਕ ਵੱਡੀ ਸਾਰੀ ਕੀ ਬਾਤ ਹੈ ਜੇ ਥੀਏਟਰਾਂ ਚ ਲੱਗੇ ਮੂਵੀਆਂ ਚ ਲੱਗੇ ਤੇ ਉਹਦੀ ਹੀਰੋਇਨ ਲੂੰਗਾ ਕੰਗਨਾ ਰਾਵਤ ਕੰਗਨਾ ਰਾਵਤ ਉਹ ਕਿਉਂ ਕੀ ਉਹਨੇ ਦੇਖੋ ਕਿਸਾਨਾਂ ਨੂੰ ਕਿੱਦਾਂ ਮਾਰਾ ਗਿਆ ਵਾ ਹਾਂ ਉਹਨੂੰ ਪਹਿਲੇ ਮਾਰੀ ਆਪਣੇ ਵਿਆਹ ਕਰੂਗਾ ਫਿਰ ਮੈਨੂੰ ਤਲਾਕ ਦਊਗਾ ਉਹਦਾ ਮੈਂ ਦਿਲ ਦੁਖੀ ਕਰੂੰਗਾ ਫਿਰ ਉਹਨੂੰ ਪੁੱਛੂੰਗਾ ਵੀ ਦੱਸ ਉਹਨੂੰ ਕਿੱਦਾਂ ਲੱਗਦਾ ਹੈ ਸਾਰਾ ਆਹ ਕੀ ਬਾਤ ਆ ਸਿਰਾ ਕਰਦਾ ਬਾਜੀ ਨੇ ਸਿਰਾ ਕਰਦਾ ਕਿਸਾਨਾਂ ਦਾ ਕਿਸਾਨਾਂ ਦੇ ਮੁੱਦੇ ਤੇ ਉਹਨੂੰ ਕਿੱਦਾਂ ਕੀਤਾ ਕਿੱਦਾਂ ਬੋਲਦਾ ਵੀ ਐਦਾਂ ਬੋਲਿਆ ਤਾਂ ਹੁਣ ਤੇਰਾ ਦਿਲ ਡੁੱਟਾ ਆਹ ਤੈਨੂੰ ਕਿੱਦਾਂ ਲੱਗਾ ਤਲਾਕ ਉਸ ਦਿਨ ਇੱਕ ਜਦੋਂ ਵਿਆਹ ਕਰਾ ਕੇ ਨਾਲ ਹੀ ਉਹਨੂੰ ਕਹਿੰਦਾ ਤਲਾਕ 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 ਪਹਿਲਾਂ ਕਿ ਕਿਓ ਕਿ ਕਬੂਲ ਹੈ ਕਬੂਲ ਹੈ ਕਬੂਲ ਹੈ ਚਲੋ ਮੈਂ ਕਹਿੰਦਾ ਸਾਰਾ ਕੁਝ ਕਬੂਲ ਹੈ ਹਾਂ ਚੌਥੇ ਦਿਨ ਕ ਬਹੁਤ ਚੰਗਾ ਜੀ ਫਿਰ ਉਹਨਾਂ ਮਤਲਬ ਉਹਦੇ ਨਾਲ ਕੋਈ ਅਟੈਚਮੈਂਟ ਨਹੀਂ ਸਿਰਫ ਸ਼ਾਦੀ ਕਰਾਉਣੀ ਉਹਨਾ ਹਾਂ ਫਿਲਮ ਦੇ ਤੌਰ ਤੇ ਜਦੋਂ ਫਿਲਮ ਹੋ ਗਈ ਆਪਣੇ ਨਾਲ ਉਹਨਾਂ ਦਾ ਨਹੀਂ ਜੀ ਤਲਾਕ ਤੋਂ ਜੋ ਲੈਣਾ ਲੈਣਾ ਪ੍ਰਾਵਾ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ ਫਿਰ ਦਿਲ ਟੁੱਟਦਾ ਫਿਰ ਬਦਲਦਾ ਕਿਉਂਕਿ ਸਾਨਾ ਦਾ ਦਰਦ ਜਿਹੜਾ ਨਾ ਇੱਕ ਇਨਸਾਨ ਦਾ ਦਰਦ ਇਨਸਾਨ ਹੀ ਸਮਝ ਸਕਦਾ ਜਿਹੜਾ ਪੱਥਰ ਉਹਨੂੰ ਕੀ ਪਤਾ ਉਹਨੂੰ ਜਿੰਨੇ ਮਰਜੀ ਦਿਲ ਦੇ ਦੇ ਉਹ ਪੱਥਰਾਂ ਨੂੰ ਦਿਲ ਨਹੀਂ ਦੇਈਦਾ ਉਹਨਾਂ ਨੂੰ ਸੁਪਣਿਆਂ ਚ ਕੀ ਰੱਖਿਆ ਉਹ ਜਿਹੜੇ ਇਨਸਾਨ ਮਾਸ ਦੇ ਬੰਦੇ ਬਣੇ ਉਹਨਾਂ ਜਿਹੜੇ ਦਿਲ ਰੱਖੀਦਾ ਇਸ ਜਿਸਮ ਵਿੱਚ ਤੇਰੇ ਖੂਨ ਦੀਆਂ ਨਦੀਆਂ ਚਲਦੀਆਂ ਨੇ ਉਹਨਾਂ ਨੂੰ ਪਰਖ ਕੇ ਦੇਖ ਸੱਜਣਾ ਧੋਖਾ ਕਿਸੇ ਨਾਲ ਕਿਵੇਂ ਕਰੀਦਾ ਧੋਖਾ ਕਿਵੇਂ ਕਰੀਦਾ ਕੀ ਬਾਤ ਹੈ ਕੰਗਣਾ ਤੇ ਵੀ ਇੱਕ ਗੀਤ ਜ਼ਰੂਰ ਹੋ ਜੇ ਕਰਗੀ ਕੰਗਣਾ ਕੰਪੁੱਠੇ ਆ ਜੋ ਸਿੱਧੇ ਨਹੀਂ ਹੋ ਸਕਦੇ ਕਦੀ ਦਿਲ 'ਚ ਜਗ੍ਹਾ ਨਹੀਂ ਲੈ ਸਕਦੀ ਇਹ ਕਰਗੀ ਕੰਪੁੱਠੇ ਹੋਏ ਇਨੂੰ ਹੀਰੋ ਬਣਾ ਕੇ ਮੈਂ ਦੇਣਾ ਤਲਾਕ ਓਏ ਸ਼ਾਦੀ ਦਾ ਵਿਆਹ ਸ਼ਾਦੀ ਦਾ ਕਰਨਾ ਇੱਕ ਢੋਂਗ ਓਏ ਇੱਕ ਟੰਗ ਕਰਨਾ ਹਾਂ ਹਾਂ ਏ ਕੀ ਬਾਤ ਆ ਜੀ ਜੇ ਤੁਸੀਂ ਕੰਗਨ ਨਾਲ ਵਿਆਹ ਕਰਾਓਗੇ ਤਾਂ ਜਿਹੜੀ ਪਹਿਲਾਂ ਭਾਬੀ ਜੀ ਨੇ ਉਹ ਗੁੱਸਾ ਨਹੀਂ ਕਰਨਾ ਇਸ ਗੱਲ ਦਾ ਨਹੀਂ ਨਹੀਂ ਦੱਸ ਕੇ ਸਾਰਿਆਂ ਨੂੰ ਕਰਾਂਗੇ ਵੀ ਮੈਂ ਤਲਾਕ ਲੈਣਾ ਮੈਂ ਐਦਾਂ ਕਿਉਂਕਿ ਕਿਸਾਨਾਂ ਦੇ ਵਾਸਤੇ ਮੈਂ ਕਰ ਰਿਹਾ ਜਨ ਕਿ ਮੇਰੇ ਦੇਸ਼ ਦਾ ਪਹਿਲੋ ਝੰਡਾ ਰਿਆ ਵੀ ਜੈ ਜਵਾਨ ਜੈ ਕਿਸਾਨ ਜਦ ਵੀ ਤੁਸੀਂ ਮੇਨ ਅਹੁਦੇ ਜਾਓਗੇ ਨਾ ਇਹ ਜਿਹੜੇ ਜਵਾਨ ਆ ਸਾਡੇ ਸਿਰ ਤੇ ਰਾਖੀ ਕਰਦੇ ਨੇ ਉਹਨਾਂ ਦੇ ਵਾਸਤੇ ਕੁਝ ਵੀ ਨਹੀਂਗਾ ਬਦਲਾ ਲਓਗੇ ਤੁਸੀਂ ਮਤਲਬ ਬਦਲਾ ਲੈਣਾ ਬਸ ਉਹਨਾਂ ਦੇ ਭਾਵਨਾ ਨੂੰ ਠੇਸ ਪਹੁੰਚੀ ਹੈ ਉਸ ਚੀਜ਼ ਦਾ ਬਦਲਾ ਲੈਣਾ ਜੀ ਮੈਨੂੰ ਹੋਰ ਕੁਝ ਦਿਲਚਸਪ ਨਹੀਂ ਔਰ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਜੋਬ ਗਰੰਟੀ ਹੈ ਹਰ ਇੱਕ ਘਰ ਨੂੰ ਇੱਕ ਇੱਕ ਨੌਕਰੀ ਸਰਕਾਰੀ ਨਾ ਦੇਵਾ ਤੇ ਮੈਨੂੰ ਛੁੱਟੀਆਂ ਮਾਰਿਓ ਥੱਲੇ ਲਾ ਕੇ ਨਹੀਂ ਨਹੀਂ ਛੁੱਟੀਆਂ ਦਾ ਤੁਹਾਡੇ ਕਿਉਂ ਮਾਰ ਰਹੀਆਂ ਨੇ ਜੀ ਕੀ ਦੱਸਿਓ ਜੀ ਜੇ ਮੈਂ ਐਮਪੀ ਬਣ ਗਿਆ ਤੇ ਫਿਰ ਪੰਜਾਬ ਨੂੰ ਸੁਨਹਿਰੀ ਬਣਾ ਦੂੰਗਾ ਇਹ ਗਰੰਟੀ ਹੈ ਮੇਰੀ ਕਿ ਦੁਨੀਆ ਵਿੱਚ ਕੋਈ ਕਹੂਗਾ ਬੰਦਾ ਵੀ ਇਹ ਬੰਦੇ ਨੂੰ ਐਮਪੀ ਨਹੀਂ ਇਹਨੂੰ ਰਾਸ਼ਟਰਪਤੀ ਬਣਾਓ ਰਾਸ਼ਟਰਪਤੀ ਬਣਾਓ ਸੁਪਨਾ ਹੁੰਦਾ ਜੀ ਮੈਨੂੰ ਕਦੇ ਪ੍ਰਧਾਨ ਮੰਤਰੀ ਬਣਦਾ ਕਦੀ ਰਾਸ਼ਟਰਪਤੀ ਬਣਦਾ ਸੁਪਨਿਆਂ ਵਿੱਚ ਹੀ ਬਣਦਾ ਮੈਂ ਅਸਲੀਅਤ ਨਹੀਂ ਹੁੰਦਾ ਨਹੀਂ ਨਹੀਂ ਤੁਸੀਂ ਜ਼ਰੂਰ ਬਣੋਗੇ ਕਿਉਂਕਿ ਕਹਿੰਦੇ ਨੇ ਬੇਹਿੰਮਤ ਹੁੰਦੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗਪੰਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਤੇ ਅਗਲਾ ਸਵਾਲ ਮੈਂ ਉਹੀ ਫਿਰ ਦੁਹਰਾ ਰਿਹਾ ਪੰਜਾਬ ਦੇ ਵਿੱਚ ਜਿਹੜਾ ਚੰਗਾ ਕਵੀ ਹੈ ਜਾਂ ਚੰਗਾ ਗੀਤਕਾਰ ਕਿਹੜਾ ਲੱਗਦਾ ਜ਼ਰੂਰ ਦਰਸ਼ਕਾਂ ਨੂੰ ਦੱਸੋ ਤੁਸੀਂ ਦੇਖੋ ਜੀ ਬਿੰਦ ਰਕੀਆ ਹੋ ਗਿਆ ਸਰਦੂਲ ਸਿਕੰਦਰ ਭਾਜੀ ਹੋ ਗਿਆ ਆਪਣੇ ਨਿਰਿੰਦਰ ਚੰਚਲ ਜੀ ਹੋਗੇ Nusrat Fateh Ali Khan ਆ ਹਾਂ ਹਾਂ ਠੀਕ ਹੈ ਜੀ ਤੇ ਹੋਰ ਵੀ ਸਾਰੇ ਹੀ ਸੁਪਰੇਟ ਕਲਾਕਾਰ ਜੇ ਮਾਸਟਰ ਸਲੀਮ ਹੈ ਜੀ ਹਾਂ ਪਰ ਖਲੀ ਭਾਜੀ ਹੈ ਤੇ ਆਰਨੇਤਾ ਜੀ ਗੁਰਦਾਸ ਮਾਨ ਬੱਬੂ ਮਾਨ ਹਾਂ ਸਿੱਧੂ ਮੂਸੇ ਵਾਲਾ ਕਰਨ ਉਹ ਜਲਾਵਾ ਹਾਂ ਪੰਜਾਬੀ ਕਲਚਰ ਜਿਹੜੇ ਵੀ ਲੈ ਕੇ ਆ ਰਹੇ ਨੇ ਤਾਂ ਬੱਬੂ ਮਾਨ ਜੀ ਦਾ ਬਹੁਤ ਨਾਮ ਹੈ ਹਾਂ ਇੰਡੀਆ ਵਿੱਚ ਦੋ ਹੀ ਮਾਨ ਹੋਏ ਨੇ ਹਾਂ ਇਹ ਗੁਰਦਾਸ ਮਾਨ ਤੇ ਇਹ ਬੱਬੂ ਮਾਨ ਕਿਆ ਬਾਤ ਹੈ ਕਿਆ ਬਾਤ ਹੈ ਬਾਕੀ ਕਰਨੋ ਇਹਦਾ ਬਹੁਤ ਵਧੀਆ ਬੰਦਾ ਰੇ ਬਹੁਤ ਘੈਂਟ ਬੰਦਾ ਜੀ ਤੁਸੀਂ ਜਰੂਰ ਕੋਈ ਬੱਬੂ ਮਾਨ ਸਾਹਿਬ ਦਾ ਇੱਕ ਜਿਹੜਾ ਗੀਤ ਆ ਜਰੂਰ ਦਰਸ਼ਕਾਂ ਦੇ ਰੂਬਰੂ ਕਰੋ ਹੋ ਇੱਕ ਸ਼ੌਕ ਕਬੂਤਰਵਾਜੀ ਦਾ ਢੰਡਣਾ 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 ਇੱਕ ਚਸਕਾ ਜੁਵੇਦੀਵਾਜੀ ਦਾ ਢੰਡਣਾ ਢੰਡਣਾ ਢੰਡੰਡਣਾ ਇੱਕ ਸ਼ੌਕ ਸੀ ਕੋੜ ਸਿਤਾਰਾਂ ਦਾ ਮਿੱਤਰਾਂ ਨੇ ਸ਼ੌਕ ਹੋ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਸੋ ਇਹ ਗੱਲ ਸੀ ਗਾਣੇ ਪੰਜਾਬੀ ਬਹੁਤ ਵਧੀਆ ਨੇ ਔਰ ਬਹੁਤ ਉਹਨਾਂ ਦੇ ਗਾਣੇ ਵੀ ਬੱppa ਗੁਰਦਾਸ ਮਾਨ ਦੇ ਵੀ ਹੈਗੇ ਛੱਲਾ ਛੱਲਾ ਮਜ਼ਾ ਹੁੰਦਾ ਨਾ ਗਾਣਾ ਜੀ ਸੁਣਾਓ ਫਿਰ ਉਹ ਵੀ ਬਹੁਤ ਵਧੀਆ ਐਕਚੁਅਲੀ ਮੈਂ ਪੂਰਾ ਮਤਲਬ ਮਨ ਹਲਕਾ ਹਲਕਾ ਸੀ ਤੁਹਾਡਾ ਸਾਥ ਦੇਵਾਂਗੇ ਹਾਂਜੀ ਹਾਂਜੀ ਛੱਲਖੂਤੇ ਤਰੀਏ ਵੇ ਛੱਲਖੂਤੇ ਤਰੀਏ ਵੇ ਗੱਲਾਂ ਮੂਤੇ ਕਰੀਏ ਵੇ ਗੱਲ ਸੁਣ ਚੱਲਿਆ ਕਾਂਵਾ ਕਾਂ ਦਹਣ ਰੋਣਾ ਆ ਆ ਆ ਕੀ ਆ ਹੂ ਆ ਹੂ ਓਏ ਆ ਹੂ ਆ ਹੂ ਚਾਹੇ ਭਾਈ ਜੀ ਥੋੜੀ ਲਾਈਨ ਆ ਭੁੱਲ ਗਿਆ ਦੋ ਚਾਰ ਪਰ ਜਿਵੇਂ ਕਹਿੰਦੇ ਨੇ ਆਨੰਦ ਤਾਂ ਲੈ ਲੈਣਾ ਸੰਗੀਤ ਹੈ ਹੀ ਆਨੰਦ ਆ ਆਨੰਦ ਲੈਣਾ ਜੇ ਅੱਗੇ ਪਿਛੇ ਹੋ ਗਿਆ ਕੋਈ ਚੱਕਰ ਨਹੀਂ ਹੈਗਾ ਸੋ ਪੂਰੇ ਜਿੱਦਾਂ ਕਿ ਮੜਾ ਮੜਾ ਸੁਣ ਕੇ ਮੈਂ ਕੋਈ ਨਾ ਕੋਈ ਤੇ ਅਜਾ ਜਦ ਵੀ ਮੈਂ ਐਕਚੁਅਲੀ ਮਿਲਣ ਵਾਸਤੇ ਇੰਨੇ ਕ ਬੰਦੇ ਆਂਦੇ ਨਾ ਹਾਂ ਵੀ ਦੇਖੋ ਨਾ ਇੰਨੀ ਪੂਰੇ ਵਰਲਡ ਵਿੱਚ ਬੰਦੇ ਆ ਜੀ ਜਦੋਂ ਮੈਂ ਕੋਈ ਮਾੜਾ ਮੋੜਾ ਫੋਨ ਸੁਣਦਾ ਜਾਂ ਗੱਲ ਸੁਣਦਾ ਨਾਲ ਹੀ ਉੱਤੇ ਕੋਈ ਨਾ ਕੋਈ ਬੰਦੇ ਆ ਜਾਂਦੇ ਫਿਰ ਮੈਨੂੰ ਅੱਧ ਵਿਚ ਸੁਣ ਕੇ ਫਿਰ ਉਹਨਾਂ ਵੱਲ ਦੇਖਣਾ ਪੈਂਦਾ ਯਾਰ ਅਗਲਾ ਨਹੀਂ ਦੂਰ ਕਹਿੰਦਾ ਜੀ ਮੈਂ ਤਰਨ ਤਰਮ ਆਇਆ ਜੀ ਮੈਂ ਗੁਰਦਾਸਪੁਰ ਆਇਆ ਮੈਂ ਅੰਮ੍ਰਿਤਸਰ ਤੋਂ ਆਇਆ ਮੈਂ ਫੁਲਾਨੀ ਜਗ੍ਹਾ ਤੋਂ ਆਇਆ ਮੈਂ ਬਾਕੇ ਬਾਰਡਰ ਤੋਂ ਆਇਆ ਔਰ ਇੱਕ ਬੰਦਾ ਤੇ ਮੈਨੂੰ ਹਰਿਆਣੇ ਚ ਮਿਲਣਾ ਹੈ ਚੇਚਾ ਵਾਹ ਕੀ ਬਾਤ ਉਹ ਕਹਿੰਦਾ ਮੈਂ ਇੱਕ ਰਾਤ ਰੇਸ਼ਟੇ ਤੇ ਕੱਟੀ ਹੈ ਤੇਰੇ ਕਰਕੇ ਤੈਨੂੰ ਮਿਲਣ ਵਾਸਤੇ ਮੈਂ ਕਿਹਾ ਯਾਰ ਮੈਂ ਰੋਟੀ ਖਾਂਦਾ ਮੈਂ ਰੋਟੀ ਛੱਡ ਕੇ ਮੈਂ ਕਿਹਾ ਭਰਾਵਾ ਤੂੰ ਬਲਵਾ ਜਾ ਫਿਰ ਉਹ ਰੋਟੀ ਖਵਾਈ ਉਹਨੇ ਮੈਂ ਕਿਹਾ ਹੁਣ ਠੀਕ ਹੈ ਤੇ ਕਹਿੰਦਾ ਮੈਂ ਜਸਤ ਮੈਂ ਠੀਕ ਹੈ ਜੀ ਹੁਣ ਤੇ ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਮਿਲ ਕੇ ਲੋਕੀ ਕਹਿੰਦਾ ਤੁਹਾਡੇ ਬਾਰੇ ਗੱਲਾਂ ਕਰਦੇ ਆ ਨਾ ਉਹਨਾਂ ਦਾ ਮੈਂ ਮੂੰਹ ਥੋੜਾਂਗਾ ਕਿ ਨਹੀਂ ਵੱਡੇ ਵੱਡੇ ਕਲਾਕਾਰ ਸਟਾਰ ਵੀ ਦੇਖਿਆ ਪਰ ਇਹ ਬੰਦਾ ਦੁਨੀਆ ਤੋਂ ਅਲਗ ਹੈ ਕਿਉਂਕਿ ਰਿਸਪੈਕਟ ਸਭ ਤੋਂ ਜ਼ਰੂਰੀ ਆ ਕਿਉਂਕਿ ਇਨਸਾਨੀਅਤ ਸਭ ਤੋਂ ਜ਼ਰੂਰੀ ਆ ਬਾਜੀ ਚੰਗੇ ਇਨਸਾਨ ਨੇ ਰੱਬ ਬਸਦਾ ਹੈ ਕਾਫੀ ਧੇਰ ਹੋ ਗਈ ਇਹਨਾਂ ਦੇ ਨਾਲ ਪਹਿਲਾਂ ਇੰਟਰਵਿਊ ਤੋਂ ਪਹਿਲਾਂ ਵੀ ਆਪਾਂ ਗੱਲਾਂ ਬਾਤਾਂ ਕਰਦੇ ਸੀ ਕੋਈ ਨਾ ਚੋ ਨਹੀਂ ਹੈਗਾ ਫੋਨ ਆ ਰਹੇ ਨੇ ਹਰ ਇੱਕ ਬੰਦੇ ਦਾ ਪਰਸਨ ਦਾ ਫੋਨ ਜਾ ਕਰ ਰਹੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਲੋਕ ਗੀਤ ਸੁਣ ਰਹੇ ਨੇ ਕੋਈ ਕਹਿੰਦਾ ਮੈਂ ਟਰੈਕਟਰਾਂ ਤੇ ਸੁਣਾ ਕੋਈ ਟਰੱਕਾਂ ਤੇ ਸੁਣਾ ਕੋਈ ਕਿਸਾਨਾਂ ਦੇ ਸੁਣਾ ਬਾਜੀ ਸਿਰਾ ਕਰ ਰਹੇ ਸੀਗੇ ਤੇ ਉਹ ਵੀ ਅਗੋਂ ਆਨੰਦ ਲੈ ਰਹੇ ਸੀ ਚਾਹੇ ਜਿੱਦਾਂ ਮਰਜੀ ਕੋਈ ਹੱਸ ਰਿਹਾ ਸੀ ਖੇਡ ਰਿਹਾ ਸੀ ਪਰ ਕਿਤੇ ਨਾ ਕਿਤੇ ਮਨ ਤਾਂ ਖੁਸ਼ ਹੋਇਆ ਉਹਨਾਂ ਦਾ ਜੋ ਨਵਾਂ ਕੁਛ ਆ ਰਿਹਾ ਨੀ ਟੂ ਸ਼ਟਨ ਵਾਲੇ ਦਾ ਸੌਂਗ ਆ ਰਹੇ ਨੇ ਫਿਲਮ ਆ ਰਹੀਆਂ ਨੇ ਉਹ ਦਰਸ਼ਕਾਂ ਨੂੰ ਜ਼ਰੂਰ ਦੱਸੋ ਇੱਕ ਕਰਕੇ ਸਰ ਮੈਂ ਨਾ ਅਜ ਤੱਕ ਬੜੀ ਇੰਟਰਵਿਊ ਕੀਤੀਆਂ ਬੜਾ ਬੜਾ ਲੋਕਾਂ ਨਾਲ ਇੰਟਰਵਿਊ ਕੀਤੀਆਂ ਮਿਲੇ ਆਂ ਪਰ ਜੋ ਤੁਹਾਡਾ ਮਜ਼ਾ ਆ ਰਿਹਾ ਨਾ ਸ਼ਾਇਦ ਉਹ ਕਿਸੇ ਨਾਲੋਂ ਜ਼ਿਆਦਾ ਲੱਗ ਰਿਹਾ ਆਪਣੇ ਘਰ ਦੇ ਵਿੱਚ ਸੋ ਟੁਕੜਾ ਟੀਵੀ ਚੈਨਲ ਟੀਵੀ ਨੂੰ ਮੈਂ ਬਹੁਤ ਮੁਬਾਰਕਵਾਹ ਦੇਣਾ ਸੋ ਇਦਾਂ ਲੱਗ ਰਿਹਾ ਆਪਣੇ ਘਰ ਦੇ ਵਿੱਚ ਫੈਮਿਲੀ ਵਿੱਚ ਹੀ ਬੈਠੇ ਆਂ ਔਰ ਬਹੁਤ ਵਧੀਆ ਲੱਗ ਰਿਹਾ ਬਹੁਤ ਇੱਜ਼ਤਦਾਰ ਬੰਦੇ ਭਾਜੀ ਔਰ ਮੈਂ ਕਹਿੰਦਾ ਜੇ ਕਿਤੇ ਪਰਮਾਤਮਾ ਨੇ ਮੇਰੀ ਸੁਣ ਲਈ ਤੇ ਮੈਂ ਭਾਜੀ ਮੇਰੇ ਲਈ ਕੋਈ ਸੇਵਾ ਵਿੱਚ ਜਰੂਰ ਕੋਈ ਚੱਕਰ ਨਹੀਂ ਸਾਡੇ ਲਾਈਕ ਮੈਂ ਨੰਗੇ ਪੈਰੀ ਆ ਜਾਊਂਗਾ ਜੇ ਭਾਜੀ ਮੈਨੂੰ ਕਹੋਗੇ ਜਿੱ ਤੋਂ ਮੈਂ ਆਪਣੇ ਗਾਣੇ ਦੀ ਗੱਲ ਕੀਤੀ ਮੈਂ ਆਪਣੇ ਗਾਣੇ ਮੈਂ ਸ਼ੁਰੂ ਤੋਂ ਜੋ ਮੈਂ ਪਹਿਲਾ ਗਾਣਾ ਕੀਤਾ ਸੀ ਮੈਂ ਡੀਜੀਪੀ ਪੰਜਾਬ ਦਾ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਦਾ ਸ਼ਹਿਰੋਂ ਤੇ ਬਾਹਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਬਈ ਵੱਜਦੇ ਸਲੂਟ ਬਈ ਹੁੰਦੀ ਏ ਪਰੇਟ ਬਈ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਬਈ ਜੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਪਈ ਏ ਹੱਥ ਮੇਰੇ ਵਿੱਚ ਦਾਤੀ ਪੱਲੀ ਮੋਢੇ ਉੱਤੇ ਕਈ ਓਏ ਉਹ ਕੁੜੀ ਮੈਨੂੰ ਕਹਿੰਦੀ ਗੋਡ ਬles ਯੂ ਕੁੜੀ ਮੈਨੂੰ ਕਹਿੰਦੀ ਗੋਡ ਬles ਯੂ ਉਹ ਮੇਰੇ ਫਾਦਰ ਦੀ ਹੋ ਗਈ ਗੋਡ ਬles ਯੂ ਮੇਰੀ ਸਿਸਟਰ ਦੀ ਹੋ ਗਈ ਗੋਡ ਬles ਯੂ ਯਾਰੀਆਂ ਮੈ ਲਾਈਆਂ ਵੇਖ ਯਾਰੀਆਂ ਗੁਰਦਾਸਪੁਰ ਮੁੰਡਿਆਂ ਨਾਲ ਯਾਰੀਆਂ ਓ ਯਾਰੀਆਂ ਮੈ ਲਾਈਆਂ ਵੇਖ ਯਾਰੀਆਂ ਲੁਧਿਆਣੇ ਵਾਲੇ ਮੁੰਡਿਆਂ ਨਾਲ ਯਾਰੀਆਂ ਓ ਯਾਰੀਆਂ ਮੈ ਲਾਈਆਂ ਵੇਖ ਯਾਰੀਆਂ ਲੁਧਿਆਣੇ ਵਾਲੇ ਮੁੰਡਿਆਂ ਨਾਲ ਯਾਰੀਆਂ ਹੋ ਕਈ ਪੱਜਦੇ ਮੈਂ ਵੇਖੇ ਮੈਦਾਨ ਛੱਡਦੇ ਮੈਂ ਦੇਖੇ ਕਿਤਿਆਂ ਵੀਰਾਂ ਜ਼ੀਰ ਦਸ ਸਰਦਾਰੀਆਂ ਯਾਰੀਆਂ ਮੈਲਾਈਆਂ ਵੇਖ ਯਾਰੀਆਂ ਲੁਧਿਆਣੇ ਵਾਲੇ ਮੁੰਡਿਆਂ ਨਾਲ ਯਾਰੀਆਂ ਤੋੜ ਦੁੱਤੇ ਦੀ ਸਾਬਣਦਾਨੀ ਤੋੜ ਦੁੱਤੇ ਰਾ ਲਕਨੀ ਇਹਨੂੰ ਪੜੇ ਹਟਾਲਾ ਸੜਕ ਤੋਂ ਪੁੰਜੇ ਲਾਲ ਨੀਟੂ ਦਾ ਲੰਗਣਾ ਟਰੱਕ ਨੀ ਇਹਨੂੰ ਪਰੇ ਹਟਾਲਾ ਮੈਂ ਪਾਬੀ ਵਿੱਚ ਮੁਆਂ ਵਾਲੀ ਤੇਰਾ ਰੰਗ ਹੈ ਕਾਲਾ ਪੜ ਕੇ ਉੱਠ ਕੇ ਛੱਕਦਾ ਨਹੀਂ ਵਮਾਲਾ ਕਾਲਾ ਉਹ ਮੈਂ ਮੁੰਡਾ ਫੌਜੀ ਦਾ ਉਹ ਜੇ ਤੂੰ ਮੇਰੇ ਨਾਲ ਕਰੇ ਨਾ ਵਿਆਹ ਨਹੀਂ ਮੈਂ ਮੁੰਡਾ ਫੌਜੀ ਦਾ ਮੇਰਾ ਬਾਪੂ ਕਰਦਾ ਬੜਾ ਰਾਨਾ ਪਿਆਰ ਨਹੀਂ ਮੈਂ ਮੁੰਡਾ ਫੌਜੀ ਦਾ ਭਾਬੀ ਹੋ ਤੇਰਾ ਦੌਰ ਹੈ ਫੌਜੀ ਭਾਬੀ ਤੇਰਾ ਦੌਰ ਹੈ ਫੌਜੀ ਪੀਂਦਾ ਦੇਸੀ ਰਮਣੀ ਭਾਬੀ ਤੇਰਾ ਦੌਰ ਹੈ ਫੌਜੀ ਨੀ ਮਾ ਹੋ ਗਿਆ ਪੁਲਿਸ ਵਿੱਚ ਕਰਤੀ ਨਹੀਂ ਮੈਂ 1 2 3 ਸਦਾ ਕਰਤੀ ਨਹੀਂ ਮੈਂ ਡੀਸੀ ਸਾਹਿਬ ਨਾਲ ਗੱਲ ਕਰਤੀ ਨਹੀਂ ਮੈਂ ਹੋ ਗਿਆ ਪੁਲਿਸ ਵਿੱਚ ਪੰਜਾਬੀ ਹੋ ਗਿਆ ਪੁਲਿਸ ਵਿੱਚ ਔਸੋ ਇੰਨੇ ਗਾਣੇ ਆ ਜੀ ਬਾਕੀ ਗਾਣੇ ਹੋਰ ਮੇਰੇ ਚੱਲ ਰਹੇ ਆ ਹਾਂ ਭਾਈ ਜੀ ਭਾਈ ਜੀ ਮੈਂ ਹੋਰ ਵੀ ਗੱਲ ਜਰੂਰ ਕਹਿਣਾ ਚਾਹਾਂਗਾ ਕੈਮਰਾ ਸਾਹਮਣੇ ਭਾਈ ਜੀ ਦੀ ਆਵਾਜ਼ ਅੱਗੇ ਨਾਲ ਬਹੁਤ ਚੰਗੀ ਹੋ ਗਈ ਹੈ ਅੱਜ ਤੋਂ 1 ਸਾਲ ਪਹਿਲਾਂ ਜਿਹੜਾ ਸੁਣਿਆ ਸੀ ਉਹ ਨਹੀਂ ਟੂ ਨਹੀਂ ਰਿਹਾ ਹੁਣ ਨਿਊ ਟੂ ਦੀ ਆਵਾਜ਼ ਸੁਰਚ ਆ ਗਈ ਆ ਮੈਂ ਜਦੋਂ ਆਇਆ ਸੀ ਨੀਟੂ ਬਾਜੀ ਹਰਮੋਨੀਅਮ ਖੋਲ ਕੇ ਉੱਪਰ ਬੈਠ ਕੇ ਰਿਆਜ ਕਰ ਰਹੇ ਸੀ ਤੇ ਕੀ ਬਾਤ ਆ ਜੀ ਜਿਵੇਂ ਕਹਿੰਦੇ ਨੇ ਸਿਖਾਤਾ ਲੋਕਾਂ ਨੇ ਲੋਕਾਂ ਨੇ ਸਿਖਾਤਾ ਆਡੀਅנס ਨੇ ਸਿਖਾਤਾ ਕਿ ਤੁਸੀਂ ਹੋਰ ਮਿਹਨਤ ਕਰੋ ਕਿਉਂਕਿ ਇੱਕ ਹੋਰ ਜ਼ਿੰਮੇਵਾਰੀ ਬਣ ਜਾਂਦੀ ਏ ਤੁਹਾਡੀ ਬਿਲਕੁਲ ਜੀ ਜਿਹੜੇ ਉਸਤਾਦ ਲੋਕਰੇ ਜੀ ਜਿਹੜਾ ਕਲਾਕਾਰ ਜੀ ਉਸਤਾਦ ਨੇ ਜੀ ਉਹਨਾਂ ਨੇ ਮਾੜਾ ਮੋਟਾ ਜੋ ਵੀ ਕਹਿੰਦੇ ਵੀ ਥੋੜਾ ਯਾਰ ਰਿਆਜ਼ ਚ ਕਰ ਯਾਰ ਉਹਦਾ ਤੂੰ ਗਾਣੇ ਤਾਂ ਤੇਰੇ ਕਹਿੰਦਾ ਸਾਰੇ ਵਧੀਆ 300 ਗਾਣੇ ਲਿਖਿਆ ਮੈਂ ਲੋਕਾਂ ਨੂੰ ਸੁਣਾਣਾ ਇਹਦੇ ਗਾਣੇ ਸੁਣਾਣਾ ਤੇ ਲੋਕੀ ਕਹਿੰਦੇ ਯਾਰ ਗਾਣਾ ਮਿੰਦੇ ਦੇ ਉਹ ਕਹਿੰਦਾ ਮੈਨੂੰ ਮੈਂ ਕਹਾ ਯਾਰ ਮੈਂ ਆਪਣੇ ਵਾਸਤੇ ਲਿਖਿਆ ਯਾਰ ਤੁਸੀਂ ਆਪਣੀ ਕਰੋ ਤੇ ਮੈਂ ਆਪਣੀ ਕਰਾਂ ਸੋ ਗਾਣਾ ਤੇ ਮੈਂ 1 ਮਿੰਟ ਵਿੱਚ ਲਿਖ ਦਿੰਦਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਦੱਸਦਾ ਨਾ ਸਾਹਮਣੇ ਬੈਠ ਕੇ ਮੈਂ ਗਾਣਾ 1 ਮਿੰਟ ਵਿੱਚ ਲਿਖ ਦਿੰਦਾ ਜਾਂ ਉਹਨਾਂ ਸਾਹਮਣੇ ਬੋਲਦਾ ਉਹ ਕਹਿੰਦਾ ਯਾਰ ਇਹ ਕਿਹੜੀ ਤਸਲ ਹੈ ਕਿੱਥੇ ਕੀਤੀ ਤੂੰ ਮੈਂ ਕਹਾ ਭਰਾ ਮ ਬਾਕੀ ਆਪਣੇ ਕੋ ਡਰਾਮੇबाजी ਨਹੀਂ ਹੈਗੀ ਜੋ ਗਲਤ ਸੱਚੀ ਹੈ ਸੱਚੀ ਕਰ ਦਿੰਨੇ ਆ ਜੀ ਜੀ ਤੇ ਬਾਕੀ ਮੈਂ ਜੱਜ ਨੂੰ ਤੇ ਰੱਬ ਨੂੰ ਮੰਨਦਾ ਜੀ ਪੰਜਾਬ ਪੁਲਿਸ ਨੂੰ ਮੰਨਦਾ ਜੀ ਤੇ ਜਿਹੜੇ ਦੇਸ਼ ਦੇ ਕਿਸਾਨ ਜੈ ਜਵਾਨ ਜੈ ਕਿਸਾਨਾ ਜਿਹੜਾ ਨਾਰਾ ਵਾ ਸੋ ਕਾਇਮ ਰਹੇਗਾ ਸਰ ਕਾਇਮ ਰਹੇਗੀ ਤੇਰੀ ਸਰਦਾਰੀ ਸਜਣਾ ਸੁਣ ਕੇ ਦੇਖ ਲਈ ਹਿੰਦੁਸਤਾਨ ਵਸਦਾ ਰਹੇਗਾ ਸਾਡੀ ਇੱਕ ਚੀਜ਼ ਦੇ ਵਿੱਚ ਜਿਹੜੀ ਸਰਦਾਰੀ ਹੈ ਮੇਨ ਜੈ ਜਵਾਨ ਜੈ ਕਿਸਾਨ ਦੀ ਇਹ ਹਰ ਘਰ ਹਰ ਦਿਲ ਚ ਵਸੇਗੀ ਇਹ ਹਰ ਦਿਲ ਚ ਵਸੇਗੀ ਇਹ ਗੱਲ ਕਿੰਨੀ ਕਿ ਸੱਚੀ ਹੈ ਕਿ ਜਿਹੜੀ ਨੀਡੂ ਛਟਣਾ ਦੇ ਗਾਣੇ ਵਾਲੀ ਕਾਪੀ ਚੋਰੀ ਹੋ ਗਈ ਸੀ ਸਰ ਉਹ ਤੇ ਗੱਲ ਬਿਲਕੁਲ ਸੱਚੀ ਸੀ ਪਰ ਮੈਂ ਹੁਣ ਉਸ ਗੱਲ ਵਿੱਚ ਟੌਪਿਕ ਨਹੀਂ ਕਰਨਾ ਚਾਹੁੰਦਾ ਕੋਈ ਨਹੀਂ ਨਹੀਂ ਉਹ ਕੀ ਚੱਕਰ ਜੇ ਸਮੁੰਦਰ 'ਚ ਕੋਈ ਦੋ ਬਾਲਟੀਆਂ ਪਰਲੇ ਫਰਕ ਨਹੀਂ ਪੈਂਦਾ ਜਿਹੜਾ ਸਮੁੰਦਰ ਹੀ ਹੋਂਦ ਤੇ ਪਾਲਟੀਆਂ ਪਰਲੇ ਕੀ ਫਰਕ ਪੈਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਮਰਜ਼ੀ ਜਿੰਨੇ ਜੇ ਮੈਂ ਕਹਿੰਦਾ ਵੀ ਜਿਹੜਾ ਵੀ ਕੋਈ ਕਲਾਕਾਰ ਜਿਹੜਾ ਮੰਨਿਆ ਕਲਾਕਾਰ ਮੇਰੇ ਸਾਹਮਣੇ ਬਹਿ ਜਾਵੇ ਹਾਂ ਇੱਕ ਮੈਕ ਉਹਦੇ ਜੰਤਰਾਸ ਫੜਾ ਦੇ ਜਿੱਦਾਂ ਮੈਂ ਗਾਣੇ ਬਣਾਉਣਾ ਉਦਾਂ ਗਾਣੇ ਬਣਾਉ ਇੱਕ ਇੱਕ ਕੱਲੇ ਕੱਲੇ ਬੰਦੇ ਦੇ ਨਾਮ ਤੇ ਮੈਂ 1 ਘੰਟੇ 300 ਗਾਣੇ ਬਣਾ ਦਊਗਾ ਚੀਮੇ ਤੇ ਬਣਾਵੇ ਗਾਣਾ ਚੜਦਾ ਰਹੇਂਦਾ ਚੀਮਾ ਚੀਮਾ ਓਏ ਹਰ ਗੱਲ ਤੇ ਚੀਮਾ ਚੀਮਾ ਨਾਜਾਦ ਨਹੀਂ ਆਉਂਦਾ ਚੜਾਈ ਤੇਰੀ ਸੁਣ ਕੇ ਲੋਕੀ ਕੰਮ ਦੇ ਨਹੀਂ ਉਹ ਤੈਨੂੰ ਤੇ ਲੋਕੀ ਚੀਮਿਆ ਗਾਲਾਂ ਕੱਢਦੇ ਨਹੀਂ ਤੈਨੂੰ ਤੇ ਲੋਕਿਆ ਚੀਮਾ ਗਾਲਾਂ ਕੱਢਦੇ ਨੇ ਸੋ ਸਸਤੀ ਗੱਲ ਆ ਜੀ ਉਹਦੀਆਂ ਮੁੱਛਾਂ ਦੇ ਕੋਣ ਚੀਮੇ ਦੀ ਮੁੱਛਾਂ ਦੇ ਗਾਣਾ ਬਣਾਣਗਾ ਚੀਮੇ ਤੇਰੀ ਇਹ ਮੁੱਛਾ ਵਲ ਦੇਖ ਕੇ ਮੈਨੂੰ ਰੋਣਾ ਆ ਗਿਆ ਮੈਂ 10 10 ਰੁਪਏ ਇਕੱਠੇ ਕਰਕੇ ਡੋਨੇਸ਼ਨ ਕਰਕੇ ਤੇਰੇ ਖਾਤੇ ਵਿੱਚ ਪਾ ਗਿਆ ਸੈਟ ਕਰਾ ਲਈ ਯਾਰਾ ਆਪਣੀਆਂ ਮੁੱਛਾਂ ਦੀ ਵਾਲ ਤੂੰ ਯਾਰ ਚੀਮੇ ਨੀਟੂ ਸ਼ਟਰਾਂ ਲਈ ਯਾਦ ਰੱਖੀ ਤੂੰ ਯਾਰ ਚੀਮੇ ਨੀਟੂ ਸ਼ਟਰਾਂ ਦੀ ਯਾਦ ਕੀ ਬਾਤ ਹੈ ਕਿਆ ਬਾਤ ਆ ਜੀ ਨੀਟੂ ਭਾਜੀ ਨੂੰ ਇਹਨਾਂ ਨੇ ਹਰਮਨ ਚੀਮੇ ਜੀ ਨੂੰ ਇੱਕ ਮੈਸੇਜ ਦਿੱਤਾ ਕਿ ਬਾਈ ਜੀ ਜੇ ਲੋਡ ਪਵੇ ਤਾਂ ਨੀਟੂ ਸ਼ਟਰਾਂ ਵਾਲਾ ਤੁਹਾਡੇ ਨਾਲ ਖੜਾ ਆ ਤੇ ਕਿਆ ਬਾਤ ਆ ਜੀ ਗੱਲਾਂ-ਗੱਲਾਂ ਦੇ ਵਿੱਚ ਬਹੁਤ ਚੰਗਾ ਇੱਕ ਸਟਾਇਰ ਵੀ ਮਾਰ ਜਾਂਦੇ ਨੇ ਬਾਈ ਜੀ ਸਿਆਣੇ ਕਰਦਾ ਲੋਕਾਂ ਨੇ ਤੁਹਾਨੂੰ ਕਾਫੀ ਨਹੀਂ ਸਰ ਮੈਂ ਐਕਚੁਅਲੀ ਲਿਖਾਈ ਤੇ ਮੈਂ ਯਾਦ ਕਰਦੇ ਨੇ ਗਾਣੇ ਸੋਚ ਜਾਂਦੇ ਹਾਂ ਗਾਣੇ ਤੇ ਮੇਰੇ ਕੋਲ ਬਹੁਤ ਜ਼ਿਆਦਾ ਹਜੇ ਵੀ ਗਾਣੇ ਆ ਕਿ ਉੜਦੇ ਕਬੂਤਰ ਮੈਂ ਕਿੱਦਾਂ ਲਾਉਣੇ ਆ ਮੁੰਡਾ ਦੇਖ ਲੈ ਕਵਾਰਾ ਉਹਨੇ ਕਿੱਦਾਂ ਹਸਾਉਣੇ ਆ ਕਿੱਦਾਂ ਫਸਾਉਣੇ ਆ ਕਿੱਦਾਂ ਲਾਉਣੇ ਆ ਯਾਰ ਉੜਦੇ ਕਬੂਤਰ ਮੁੰਡੇ ਕਵਾਰੇ ਨੇ ਕਿਦਾਂ ਲਾਉਣੇ ਇੱਕ ਤੁਸੀਂ ਜਰੂਰ ਸੁਣਿਆ ਹੋਵੇਗਾ ਕਿ ਤਾਜ ਮਹਿਲ ਸੀ ਜਦੋਂ ਬਣਾਇਆ ਸੀ ਹਾਂਜੀ ਤਾਜ ਮਹਿਲ ਬਣਾਉਣ ਤੋਂ ਬਾਅਦ ਜਿਹੜੇ ਉਹਨਾਂ ਦੇ ਹੱਥਵਰਦ ਦੇਤੇ ਸੀ ਉਹ ਜਿਹੜੇ ਮਿਸਤਰੀਆਂ ਦੇ ਜੀ ਕਦੀ ਕੋਸ਼ਿਸ਼ ਹੋਈ ਕਿ ਤੁਹਾਡੀ ਕਲਮ ਜੇ ਤੁਹਾਡੀ ਕਾਪੀ ਪਾੜ ਦਿੱਤੀ ਜਾਵੇ ਜਾਂ ਤਾਂ ਤੁਹਾਡਾ ਪੈਨ ਤੋੜ ਦਿੱਤਾ ਜਾਵੇ ਕਿੰਨੇ ਇਹ ਨਿਊ ਟੂ ਛੱਟਣ ਵਾਲਾ ਦਵਾਰੇ ਮੁੜ ਕੇ ਗਾਣਾ ਨਹੀਂ ਲਗੀ ਨਹੀਂ ਜੀ ਇਦਾਂ ਦਾ ਕੋਈ ਨਹੀਂ ਬਸ ਰੱਬ ਦਾ ਸਾਥ ਚਾਹੀਦਾ ਜੀ ਮਾਂ ਚਿੰਤਪੁਰਨੀ ਦਾ ਸਾਥ ਪੂਰਾ ਵਾ ਜੀ ਮਾਤਾ ਨੇ ਹੱਸਿਰ ਤੇ ਰੱਖਿਆ ਗੌਸਪਾਕ ਅੱਲਾਹ ਤਾਲਾ ਦਾ ਹੱਥ ਵਾ ਪ੍ਰਧਾਨ ਮੰਤਰੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਪ੍ਰਧਾਨ ਮੰਤਰੀ ਜੇਗਾ ਜੋੜ ਕੇ ਨੰਦਰਿੰਦਰ ਮੋਦੀ ਜੀ ਜਿਹੜਾ ਇਹ ਤਿੰਨ ਕਾਲੇ ਕਾਨੂੰਨ ਹੈ ਜੀ ਇਹ ਰੱਦ ਕਰਤੇ ਜਾਣ ਤੇ ਸਾਰੇ ਕਿਸਾਨ ਵੀਰ ਮੇਰੇ ਕਹਾਰਨ ਆਪਣੇ ਘਰ-ਬਾਰ ਦੇਖਣ ਤੇ ਖੇਤੀਬਾੜੀ ਉਦਾਂ ਹੀ ਕਰਨ ਤੇ ਆਪਣਾ ਪੰਜਾਬ ਫਸਦਾ ਫਸਦਾ ਰਹੇ ਪੂਰੇ ਇੰਡੀਆਜ਼ ਦਾ ਫਸਦਾ ਰਹੇ ਕਿ ਜਾਂ ਕਿ ਜੇ ਪੰਜਾਬ ਨੂੰ ਅੱਗੇ ਦੁੱਖ ਬਹੁਤ ਆ ਗਿਆ ਕਦੀ ਕਰੋਨਾ ਕਦੀ ਜੀਐਸਟੀ ਕਦੀ ਨੋਟਬੰਦੀ ਕਦੀ ਕੋਈ ਕਦੀ ਕੋਈ ਇਹ ਚੀਜ਼ਾਂ ਲੈ ਕੇ ਸਾਡਾ ਦੇਸ਼ ਆਪਣਾ ਤਪਲੀ ਵਿੱਚ ਹੈ ਉਹ ਹੁਣ ਮੈਂ ਤਾਂ ਕਹਿੰਦਾ ਸਾਡੇ ਦੇਸ਼ ਦਾ ਰਾਸ਼ਟਰਪਤੀ ਕਿਸਾਨ ਹੋਣ ਜਿਦਾ ਪ੍ਰਧਾਨ ਮੰਤਰੀ ਵੀ ਕਿਸਾਨ ਹੋਣ ਜਿਦਾ ਐਮਐਲਏ ਐਮਪੀ ਸਾਦੇ ਕਿਸਾਨ ਹੀ ਹੋ ਜਦੇ ਦਰਦ ਉਹਨਾਂ ਨੂੰ ਪਤਾ ਲੱਗਿਆ ਵੀ ਤਾਂ ਕਿ ਇਹ ਅਹਿਸਾਸ ਹੋਵੇ ਇਹਨਾਂ ਲੋਕਾਂ ਦੇ ਲੀਡਰਾਂ ਕੁਰਸੇ ਖੋਲੇ ਜਾਣ ਸਾਰੇ ਜਗ੍ਹਾ ਤੇ ਕਿਸਾਨ ਬੈਠੇ ਫੈਸਲੇ ਕਰਨ ਤੇ ਫਿਰ ਉਸ ਤੋਂ ਬਾਅਦ ਖਲੀ ਭੱਜਦੀ ਅਕੈਡਮੀ ਚ ਗਏ ਕਿ ਅਸੀਂ ਉਹਨਾਂ ਨੂੰ ਕਿਹਾ ਵੀ ਛੋਟੀ ਜੀ ਵੀਡੀਓ ਬਣਾਣੀ ਹੈ ਤੇ ਅਸੀਂ ਰਿੰਗ 'ਚ ਉਤਰਾਂਗੇ ਅਸੀਂ ਤੁਹਾਡੇ ਨਾਲ ਲੜਾਈ ਕੁਸ਼ਤੀ ਕਰਨੀ ਉਹ ਕਹਿੰਦੇ ਮੈਂ ਤਿਆਰ ਨਾ ਤਦ ਤੱਕ ਤੁਸੀਂ ਤਿਆਰੀ ਤੁਰੀ ਕਰੋ ਪ੍ਰੈਕਟਿਸ ਕਰ ਲੋ ਪ੍ਰੈਕਟਿਸ ਕਰਦੇ ਪਏ ਸੀਗੇ ਪ੍ਰੈਕਟਿਸ ਕਿੱਦਾਂ ਕਰਦੇ ਉਹਦਾ ਉਹਨਾਂ ਦਾ ਬੰਦਾ ਸੀਗਾ ਉਹ ਕਹਿੰਦੇ ਮੈਂ ਤਾਂ ਦਾਅ ਦੂ ਦੱਸਦਾ ਤੇ ਉਹਦੇ ਉਦਾਂ ਹੀ ਦਾਅ ਦੂ ਕਰਨੇ ਆ ਉਹ ਸੀਗਾ ਜੀ ਬਹੁਤ ਫਾਸਟ ਸੁਪਰ ਫਾਸਟ ਪਾਵਰ ਸੀਗਾ ਉਹਨੂੰ ਕਹਿੰਦੇ ਸੁਪਰ ਫਾਸਟ ਤੇ ਉਹ ਸੀ ਉਸ ਬੰਦੇ ਨਾਲ ਜੀ ਮਾੜਾ ਮੋਟਾ ਸਖਾਂਦਾ ਪਿਆ ਸੀਗਾ ਮੈਨੂੰ ਉਹਨੇ ਜੋਸ਼ ਵਿੱਚ ਆ ਗਿਆ ਜੀ ਇੰਨੇ ਮੈਂ ਜੋਸ਼ ਵਿੱਚ ਪਹਿਲਾਂ ਮੈਂ ਗਿਆ ਮੱਥਾ ਮੱਥਾ ਟੇਕਿਆ ਮੈਂ ਕਿਹਾ ਵੀ ਮੈਂ ਫੋਨ ਤੇ ਗੱਲ ਹੋਈ ਸੀ ਨਾ ਮੈਂ ਮੱਥਾ ਮੱਥਾ ਟੇਕ ਅੰਦਰ ਵੱਲ ਲਗਾ ਮੈਂ ਕਿਹਾ ਖਾਲੀ ਭਾਈ ਨਾ ਹੁੰਦਾ ਜਾ ਕੇ ਮਿਲਣਾ ਉਹ ਮੈਂ ਅੰਦਰ ਵੱਲ ਲਗਾ ਤੇ ਮੇਰੀ ਕਮੀਜ਼ ਪਾੜ ਤੀ ਮੈਨੂੰ ਆਗਾ ਗੁੱਸੇ ਤੇ ਚਪੀੜ ਮਾਰ ਦਿੱਤੇ ਤੇ ਥੱਪੜ ਮਾਰਤਾ ਤੇ ਇਥੋਂ ਕਹਿੰਦਾ ਵੀ ਬੇਨਾ ਲਾਲਾ ਮੈਂ ਕਹਾਂ ਚੱਲ ਫਿਰ ਤੂੰ ਹੀ ਲਾਲਾ ਪਹਿਲਾਂ ਉਹ ਮੈਂ ਸੋਚਿਆ ਵੀ ਜੇ ਕੁਆਂਟਲ ਸ਼ਟਰ ਚੱਕ ਲੈਨੇ ਆ ਸੀ ਤੇ ਇਹ ਕਿਹੜਾ ਕੋ ਵੱਡੀ ਗੱਲ ਆ ਕੀ ਹੈ ਤੇ ਜਦੋਂ ਅਸੀਂ ਉਹ ਵਿੱਚ ਬੜੇ ਤੇ ਉਹਨੇ ਮੈਨੂੰ ਮੈਨੂੰ ਉਹਨੇ ਚੰਗਾ ਕੁੱਟਿਆ ਫੇਰ ਉਹਨੂੰ ਲੱਗੇ ਤੇ ਦੰਦੀ ਵੱਡੀ ਹਾਂ ਦੰਦੀ ਵੱਡੀ ਉਹਨੂੰ ਫੇਰ ਮਾਰੀ ਦੰਦੀ ਵੱਡੀ ਤੋ ਕੁਕੁਰਾ ਫਿਰ ਉਹ ਮੈਨੂੰ ਨਾ ਪੈਸਾ ਚੁੱਕ ਕੇ ਨਾ ਥੱਲੇ ਮਾਰਿਆ ਨੂੰ ਮੈਂ ਹਾਂ ਜਿਹਦਾ ਥੱਲੇ ਮਾਰਿਆ ਮੈਂ ਕਿ ਮੋਢੇ ਲੱਗੇ ਬਸ ਕਹਾਣੀ ਖਤਮ ਹਾਂ ਪਹਿਲਵਾਨੀ ਦਾ ਇਹਨਾਂ ਕਿ ਹੁੰਦਾ ਹੈ ਨਹੀਂ ਹੁੰਦਾ ਦਾ ਲਾ ਤੇ ਹੁਣ ਉਹ ਬੰਦੇ ਨੇ ਫਿਰ ਮੈਨੂੰ ਹੱਥ ਮਚੋੜਿਆ ਜੀ ਆਹ ਹੱਡੀ ਮੇਰੀ ਤੋੜ ਦਿੱਤੀ ਨੇ ਹੋਏ ਹੋਏ ਉਸ ਤੋਂ ਬਾਅਦ ਮੈਨੂੰ ਨਾ ਕੁੱਟਿਆ ਨਾ ਬੜਾ ਕੁੱਟਿਆ ਨੇ ਮੈਨੂੰ ਅੱਛਾ ਜੀ ਜਿੱਦਾਂ ਧੋਬੀ ਧੁੰਦਾ ਨਾ ਘਾੜ ਦੇ ਵਿੱਚ ਕੱਪੜਿਆਂ ਨੂੰ ਇਦਾਂ ਕੁੱਟਿਆ ਸਿਰ ਤੁਸੀਂ ਗੱਲ ਕੀਤੀ ਹੈ ਗੀਤਾਂ ਦੀ ਕਿੱਦਾਂ ਗੀਤ ਤੁਸੀਂ ਤਿਆਰ ਕਰ ਲੈਂਦੇ ਹੋ ਮੈਂ ਇੱਕ ਦੋ ਚਾਰ ਲਫ਼ਜ਼ ਦਵਾਂਗਾ ਤੁਸੀਂ ਦੇਖ ਲੈਣਾ ਆਪਾਂ ਇਹ ਦਰਸ਼ਕ ਲਾਈਵ ਦੇਖਣਗੇ ਕਿਦਾਂ ਨੀਟੂ ਭਾਜੀ ਜਿਹੜਾ ਆ ਮੌਕੇ ਦੇ ਉੱਤੇ ਕਿਦਾਂ ਜਿਹੜਾ ਸੌਂਗ ਤਿਆਰ ਕਰ ਲੈਂਦਾ ਤੇ ਪਹਿਲਾ ਜਿਹੜਾ ਸ਼ਬਦ ਉਹ ਹੈਗਾ ਪਿੰਦਾ ਪਿੰਦਾ ਹਾਂਜੀ ਕਰਕੇ ਆ ਕੰਮ ਦੇਖ ਲੈ ਪਿੰਦਾ ਇਦਾਂ ਦਾ ਜਿਹੜਾ ਹਵਾ ਵਿੱਚ ਤੀਰ ਨਹੀਂ ਉਹ ਮਾਰਦਾ ਯਾਰ ਹੈ ਨਿਸ਼ਾਨੇ ਲਾਉਂਦਾ ਪੱਕੇ ਗੱਲ ਕਹਿ ਕੇ ਨਿਸ਼ਾਨੇ ਲਾਉਂਦਾ ਯਾਰ ਪਿੰਦਾ ਯਾਰ ਪਿੰਦਾ ਕਿਤੇ ਵੀ ਜ਼ੁਬਾਨ ਵਿੱਚੋਂ ਨਾਮ ਸੁਣ ਲਈ ਨਿਕਲੇਗਾ ਕਿ ਨਾਮ ਉਹਦਾ ਨਾਂ ਭਿੰਦਾ। ਕੀ ਬਾਤ ਆ ਕੀ ਬਾਤ ਆ ਜੀ ਸਿਰਾ ਕਰਤਾ ਜੀ ਅਗਲਾ ਇੱਕ ਹੋਰ ਮੈਂ ਨਾਮ ਲਾਵਾਂਗਾ। ਅਲਫਾਜ਼ ਮੂੰਹ ਚ ਨਿਕਲੀ ਗੱਲ ਤੇਰੇ ਪੱਲੇ ਪੈਗੀ ਸਜਣਾ ਸਾਡੀ ਗੱਲ ਇੱਕ ਦਿਨ ਤੋਂ ਪੱਲੇ ਬੰਨ ਕੇ ਰੱਖੀ ਸਜਣਾ ਵਕਤ ਆਂ ਤੇ ਤੈਨੂੰ ਮਿਲਾਂਗੇ ਨਾਮ ਅਲਫਾਜ਼ ਹੈ। ਉਹ ਜਾ ਕੇ ਵੈਰੀ ਨੂੰ ਕਹਦੇ ਤੁਹਾਡੀ ਤੌਣ ਨਪਣੀ ਆ ਨਾਮ ਉਹਦਾ ਅਲਫਾਜ਼ ਆ। ਵਾਹ ਕੀ ਬਾਤ ਆ ਸਿਰਾਈ ਇੱਕ ਹੋਰ ਮੇਰਾ ਬੜਾ ਮਿੱਤਰ ਆ ਖਾਸ ਆ ਮੇਰਾ ਕੈਨੇਡਾ ਚ ਬੈਠਾ ਹੋਇਆ ਮਨਜੋਦ ਮਨਜੋਤ ਕੈਨੇਡਾ ਦਾ ਅੱਤ ਪਾਉਂਦਾ ਵਾ ਦੇਖ ਲੈ ਯਾਰ ਕੈਨੇਡਾ ਵਿੱਚ ਸਵੇਰੇ ਅੱਗ ਲਾਉਂਦਾ ਵਾ ਉਹ ਚੜਦਾ ਉੜਦਾ ਦੇਖ ਲੈ ਫੋਨ ਕਾਲ ਆਉਂਦੀ ਰਹਿੰਦੀਆਂ ਨੇ ਯਾਰ ਕੈਨੇਡਾ ਨੂੰ ਉਂਗਲਿਆਂ ਤੇ ਨਚਾ ਨਚਾਉਂਦਾ ਰਹਿੰਦਾ ਵਾ ਯਾਰ ਰਹਿੰਦਾ ਕੈਨੇਡਾ ਵਿੱਚ ਦਿਲ ਵਿੱਚ ਉਹਦੀ ਯਾਦ ਅੱਖਾਂ ਵਿੱਚ ਸੁਪਨੇ ਆ ਉਹ ਬਹੁਤ ਵੱਡੇ ਕੰਮ ਕਰਨੇ ਆ ਯਾਰ ਕੈਨੇਡਾ ਵਿੱਚ ਆ ਆਹ ਕੀ ਬਾਤ ਹੈ ਔਰ ਲਾਸਟ ਦੇ ਵਿੱਚ ਇੱਕ ਜਿਹੜਾ ਆ ਆਪਾਂ ਜਸਟਨ ਟਰੂਡੋ ਜਸਟਨ ਟਰੂਡੋ ਉੜਦਾ ਰਹਿੰਦਾ ਗੱਲ ਕਹਿ ਗਿਆ ਪੱਕੀ ਐ ਜਾਜਾਂ ਵਾਲਿਆਂ ਲਈ ਯਾਰੀ ਉਹਨੇ ਪੱਕੀ ਐ ਪਾਸਪੋਰਟ ਵੀਜ਼ਾ ਉਹ 24 ਘੰਟਿਆਂ ਦੇ ਅੰਦਰ ਵਿੱਚ ਰੱਖਦਾ ਪਤਾ ਨਹੀਂ ਕਦੋਂ ਕੈਨੇਡਾ ਤੇ ਪਤਾ ਨਹੀਂ ਕਦੋਂ ਇੰਡੀਆ ਆਣਾ ਇਹ ਗੱਲ ਬਾਤ ਜੇਬੇ 'ਚ ਪਾ ਕੇ ਰੱਖਦਾ ਗੱਲ ਬਾਤ ਜੇਬੇ 'ਚ ਪਾ ਕੀ ਆ ਬਾਤ ਐ ਜਸਟਨ ਟਰੂਡੋ ਹੈ ਕੋਣਾ ਪਤਾ ਤੁਹਾਨੂੰ ਨਹੀਂ ਸਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਚਲੋ ਜੀ ਉਹਨਾਂ ਬਾਰੇ ਗੱਲ